ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆਂ ਜੀ ਨਵਾਂ ਨੋਟੀਫਿਕੇਸ਼ਨ ਕਮਿਊਨਿਟੀ ਹੈਲਥ ਆਫੀਸਰਸ ਵੈਕੈਂਸੀਆਂ ਨੇ ਜੀ 4000 ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਦੇ ਆਂ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦੱਬ ਲਵੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਨਾਲ ਦੀ ਨਾਲ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰਾਮ ਤੇ ਇੰਸਟਾਗ੍ਰam ਚੈਨਲਾਂ ਦੇ ਲਿੰਕਾਂ ਤੇ ਕਲਿੱਕ ਕਰਕੇ ਉਹਨਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਵੋ ਜੀ ਸੋ ਉਹਨਾਂ ਤੇ ਆਪਾਂ ਪੀਡੀਐਫ ਪ੍ਰੋਵਾਈਡ ਕਰਵਾਉਂਦੇ ਰਹਿੰਦੇ ਹਾਂ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਵੈਕੈਂਸੀਆਂ ਨਿਕਲੀਆਂ ਨੇ ਜੀ ਕਮਿਊਨਿਟੀ ਹੈਲਥ ਆਫੀਸਰਸ ਠੀਕ ਹੈ ਜਨਰਲ 1600 ਐਡਬਲਯੂਐਸ 400 ਓਬੀਸੀ 1080 एससी 840 ਐਂਡ ਐਸਟੀ ਦੀਆਂ 80 ਵੈਕੈਂਸੀਆਂ ਟੋਟਲ 4000 ਵੈਕੈਂਸੀ ਆ ਠੀਕ ਹੈ ਜੀ ਸੋ ਇਸ ਨੂੰ ਆਨਲਾਈਨ ਅਪਲਾਈ ਸ਼ੁਰੂ ਹੋ ਚੁੱਕਿਆ ਜੀ 4/2/2022 ਤੋਂ ਸਟਾਰਟ ਆ ਤੇ 13 ਤਰੀਕ ਯਾਨੀ ਕਿ ਕੱਲ ਨੂੰ ਆ ਕਲੋਜ਼ ਹੋ ਜਾਣੀਆਂ ਜੀ ਆਨਲਾਈਨ ਅਪਲੀਕੇਸ਼ਨਸ ਸੋ ਇਹ ਤੁਸੀਂ ਡਿਟੇਲਡ एन एच वैबसाइट पर जाके डिटेल इन्फोरमेसन प्राप्त कर सकते so, हो. एलिजिबिलिटी क्रिटेरिया वाजी जी क्वालिफिकेशन कैंडीडेट हू हैव सक्सैसफुली कंप्लीटड बी एस सी ठीक है जी विद इंट्रीग्रेट सर्टिफिकेट इन कम्यूनिटी हेल्थ ऑफ नर्सस सी सी एच एन और पोस्ट बेसिक बी एस सी ठीक है जी सो लास्ट एज एज देख सकते हो जी. आ देखो इज less than 35 years of age ٹھیک ہے جی 4/2/2022 نو ਤੁਹਾਡੀ 35 ਤੋਂ ਘੱਟ ایج ہونی ਚਾਹੀਦੀ ਆ ٹھیک ਹੈ ਜੀ رجسٹرڈ ਐਜ਼ ਨਰਸ ਐਂਡ ਮਿਡਵਾਈਵਜ਼ ਇਨ یو پی ਨਰਸਸ ਐਂਡ ਮਿਡਵਾਈਵ ਕਾਉਂਸਲ ٹھیک ਹੈ ਜੀ ਸੋ ਸਿਲੈਕਸ਼ਨ ਪ੍ਰੋਸੈਸ ਕੀ ਆ ਬਿਫੋਰ ਅਪਲਾਈਂਗ ਕੈਂਡੀਡੇਟ ਸ਼ੁੱਡ ᱮਨਸ਼ੂਅਲ ਦਟ ਫੁੱਲਫਿਲ ਦ ਐਲੀਜੀਬਿਲਟੀ ਕੈਂਡੀਡੇਟ ਸ਼ੁੱਡ ਬੀ ਵੈਰੀਫਿਕੇਸ਼ਨ ਸੋ ਡਾਕੂਮੈਂਟ ਵੈਰੀਫਿਕੇਸ਼ਨ ਪ੍ਰੋਸੈਸ ਕਰਿਆ ਜਾਊਗਾ ٹھیک ਹੈ ਜੀ based on following ਠੀਕ ਹੈ ਜੀ ਸਿਲੈਕਸ਼ਨ ਸ਼ੈਲ ਬੀ ਪਿਓਰਲੀ ਬੇਸਡ ਔਨ ਮੈਰਿਟ ਐਂਡ ਪਰਸੈਂਟੇਜ ਔਫ ਟੋਟਲ ਮਾਰਕਸ ਓਬਟੇਨਡ ਇਨ ਥਿਉਰੀ ਐਂਡ ਪ੍ਰੈਕਟੀਕਲ ਔਫ ਫਾਈਨਲ ਇਅਰ ਔਫ ਪੀ ਐਸ ਸੀ ਐਂਡ ਪੋਸਟ ਬੇਸਡ ਨਰਸਿੰਗ ਠੀਕ ਹੈ ਜੀ ਮੈਰਿਟ ਬਣੂਗੀ ਤੁਹਾਡੇ ਤੇ ਅਪਲਾਈ ਤੁਸੀਂ ਕਰਨਾ ਜੀ ਕਿੱਦਾਂ ਕਰਨਾ ਵਾ ਆ ਰਿਲੈਕਸੇਸ਼ਨ ਆ ਗਈ ਐਪਲੀਕੇਸ਼ਨ ਫੀਸ ਜੀ ਤੁਹਾਡੀ ਕੋਈ ਨਹੀਂ ਹੈਗੀ ਠੀਕ ਹੈ ਜੀ ਨਿਲ ਫਿਲਿੰਗ ਅਪ ਠੀਕ ਹੈ ਜੀ ਕੈਂਡੀਡੇਟ ਹੂ ਇਜ਼ ਸੌਰੀ ਆਪਾਂ ਨੀਚੇ ਚਲਦੇ ਆ ਉਹ ਸਕਿਪ ਹੋ ਗਈ ਵੀਡੀਓ ਹਾਂਜੀ ਕੈਂਡੀਡੇਟ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਉਹ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਆ ਠੀਕ ਆ ਜੀ ਇਹਨਾਂ ਦੀ NHM ਵੈਬਸਾਈਟ ਤੇ ਜਾ ਕੇ ਇੰਗਲਿਸ਼ ਦੇ ਵਿੱਚ ਹੀ ਤੁਸੀਂ ਕਰਨਾ ਹੋਵੇਗਾ ਠੀਕ ਆ ਕੈਂਡੀਡੇਟ ਸ਼ੁੱਡ ਟੇਕ ਸਾਰਾ ਕੁਝ ਤੁਸੀਂ ਭਰ ਕੇ ਆਪਦੇ ਫਾਦਰ ਨੇਮ ਡਾਕੂਮੈਂਟਡ ਅਕੈਡੈਮਿਕ ਡਿਟੇਲ ਸਾਰੀ ਡਿਟੇਲ ਵਿੱਚ ਭਰ ਕੇ ਠੀਕ ਆ ਜੀ ਤੁਸੀਂ ਇਹਨਾਂ ਦੀ NHM ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਅਪਲੋਡ ਕਰਨੀਆਂ ਹੋਣਗੀਆਂ ਫੋਟੋਗ੍ਰਾਫ, ਸਿਗਨੇਚਰ, ਪਾਸਿੰਗ ਸਰਟੀਫਿਕੇਟ ਫਾਈਨਲイヤー ਠੀਕ ਹੈ ਜੀ ਮਾਰਕ ਸ਼ੀਟ ਸਰਟੀਫਿਕੇਟ ਫਰੋਮ ਪ੍ਰਿੰਸੀਪਲ ਬੀਐਸਸੀ ਨਰਸਿੰਗ ਐਂਡ ਸੀਸੀਐਚਐਨ ਕੋਰਸ ਠੀਕ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਅਪਲੋਡ ਕਰਨੀਆਂ ਹੋਣਗੀਆਂ ਬਾਕੀ ਇਹਨਾਂ ਦੀ ਜਿਹੜੀ ਸਾਈਟ ਆ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਠੀਕ ਆ ਜੀ ਵੈਸੇ nhm upgovernment.in ਤੁਸੀਂ ਉੱਥੇ ਜਾ ਕੇ ਆ ਦੇਖੋ ਸਾਈਟ ਆ ਦੇਖੋ ਆ 봐 ਜੀ ਠੀਕ ਆ upnrhm.government.in ਇਹਦੇ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਆ ਜੀ ਸੋ ਇਹ ਬਾਕੀ ਆਪਾਂ ਉੱਪਰ ਦੇਖ ਲੈਨੇ ਆ ਇਹ ਐਡਵਰਟਾਈਜ਼ਮੈਂਟ ਕੱਢੀ ਗਈ ਆ ਜੀ ਡਿਟੇਲਡ ਐਡਵਰਟਾਈਜ਼ਮੈਂਟ ਕਮਿਊਨਿਟੀ ਹੈਲਥ ਆਫੀਸਰਸ ਦੀ ਭਰਤੀ ਲਈ ਨੈਸ਼ਨਲ ਹੈਲਥ ਮਿਸ਼ਨ ਉੱਤਰ ਪ੍ਰਦੇਸ਼ ਠੀਕ ਆ ਜੀ ਸੋ ਉਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਸੋ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਉੱਤਰ ਪ੍ਰਦੇਸ਼ ਵਾਲੇ ਜਾਂ ਉਹਦੇ ਨਾਲ ਲੱਗਦੀ ਜਿਹੜੀ ਸਟੇਟ ਆ ਉੱਥੋਂ ਦੇ ਕੈਂਡੀਡੇਟ ਇਹ ਵੈਕੈਂਸੀ ਅਪਲਾਈ ਕਰ ਸਕਦੇ ਆ ਸੋ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਸੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਣ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ